ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਸਾਡੇ ਰਾਜਸੀ ਨੇਤਾਵਾਂ ਦੀ, ਕਿਵੇਂ ਇਹ ਅੰਧ ਵਿਸ਼ਵਾਸੀ ਨੇ। ਤੁਸੀਂ ਜਾਣਦੇ ਹੋ ਜਿਨ੍ਹਾਂ ਨੂੰ ਅਸੀਂ ਬਾਗਡੋਰ ਸੰਭਾਈ ਵੀ ਹੈ, ਉਹ ਕੌਣ ਨੇ? ਉਹ ਸਿਆਸੀ ਆਗੂ ਨੇ, ਪਰ ਸਿਆਸੀ ਆਗੂਆਂ ਨੇ ਸਾਡੇ ਦੇਸ਼ ਨੂੰ ਅਜਿਹਾ ਬਣਾਤਾ ਕਿ ਪਿਛਲੇ ਲਗਭਗ 70 ਸਾਲਾਂ 'ਚ ਸਾਡੀ ਸਾਰਿਆਂ ਦੀ ਜ਼ਿੰਦਗੀ ਇੱਥੇ ਨਰਕੀ ਜ਼ਿੰਦਗੀ ਬਣਾ ਦਿੱਤੀ। ਅੱਜ ਸਾਡਾ ਦੇਸ਼ ਸਭ ਤੋਂ ਵੱਧ ਦੁਰਘਟਨਾਵਾਂ ਸਾਡੇ ਦੇਸ਼ ਵਿੱਚ ਹੁੰਦੀਆਂ ਨੇ, ਸਭ ਤੋਂ ਵੱਧ ਬਿਮਾਰੀਆਂ ਸਾਡੇ ਦੇਸ਼ ਵਿੱਚ ਨੇ, ਸਭ ਤੋਂ ਘੱਟ ਐਵਰੇਜ ਲਾਈਫ ਸਾਡੇ ਦੇਸ਼ ਦੇ ਲੋਕ ਜਿਉਂ ਰਹੇ ਨੇ, ਸਭ ਤੋਂ ਵੱਧ ਭੁੱਖਮਰੀ, 20% ਲੋਕਾਂ ਨੂੰ 2 ਵਕਤ ਦੀ ਖਾਣ ਦੀ ਰੋਟੀ ਨਹੀਂ ਮਿਲਦੀ। ਇਸ ਕਿਸਮ ਦੀਆਂ ਹਾਲਤਾਂ ਸਾਡੇ ਦੇਸ਼ ਦੀਆਂ ਬਣ ਚੁੱਕੀਆਂ ਨੇ, ਪਰ ਇਹ ਕੀਤੀਆਂ ਕਿਹਨੇ ਨੇ? ਇਹ ਸਾਡੇ ਰਾਜਸੀ ਨੇਤਾਵਾਂ ਨੇ। ਰਾਜਸੀ ਨੇਤਾਵਾਂ ਜਿਹੜੇ ਅਸੀਂ ਚਾਹੁੰਦੇ ਹਾਂ, ਉਹ ਅੰਧ ਵਿਸ਼ਵਾਸੀ ਨੇਤਾ ਨੇ, ਉਹ ਸਾਡੇ ਦੇਸ਼ ਨੂੰ ਦੀ ਜਨਤਾ ਨੂੰ ਅੰਧ ਵਿਸ਼ਵਾਸਾਂ 'ਚ ਪਾਉਂਦੇ ਨੇ। ਉਹਨਾਂ ਨੂੰ ਆਪ ਵੀ, ਹੁਣ ਗੱਲ ਜੇ ਪੰਜਾਬ ਤੋਂ ਲੈ ਲਈਏ, ਪੰਜਾਬ ਦੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਜੀ, ਕੈਪਟਨ ਸਾਡੇ ਅੱਜ ਕੱਲ੍ਹ CM ਨੇ, ਚੀਫ ਮਿਨਿਸਟਰ ਨੇ, ਉਹ ਅੱਜ ਤੋਂ 5-10 ਸਾਲ ਪਹਿਲਾਂ, ਮੈਨੂੰ ਪਤਾ ਵੀ ਪਟਿਆਲੇ ਵਿੱਚ ਜਦੋਂ ਹੜ੍ਹ ਆਉਂਦਾ ਹੁੰਦਾ ਸੀ ਉਦੋਂ ਨੱਥ 'ਤੇ ਚੂੜਾ ਲੈ ਕੇ ਉੱਥੇ ਪ੍ਰੈਜੈਂਟ ਹੋ ਜਾਂਦੇ ਸੀ, ਅਤੇ ਉਸ ਨਦੀ ਨੂੰ ਨੱਥ 'ਤੇ ਚੂੜੇ ਰਾਹੀਂ ਉਸ ਹੜ੍ਹ ਨੂੰ ਰੋਕਣ ਦਾ ਯਤਨ ਕਰਦੇ ਸੀ ਉਹ। ਹੁਣ ਤੁਸੀਂ ਦੱਸੋ ਮੇਰੇ ਪਿਆਰੇ ਲੋਕੋ, ਕਿ ਨੱਥ 'ਤੇ ਚੂੜਾ ਚੜ੍ਹਾਉਣ ਨਾਲ ਹੜ੍ਹਾਂ ਨੂੰ ਰੋਕਿਆ ਜਾ ਸਕਦਾ? ਪਾਣੀ ਦੇ ਵਹਾਅ ਨੂੰ ਰੋਕਿਆ ਜਾ ਸਕਦਾ? ਇਹ ਪੋਸੀਬਲ ਹੀ ਨਹੀਂ, ਅਤੇ ਨਾ ਹੀ ਕਦੇ ਵਾਪਰਿਆ, ਨਾ ਕਦੇ ਵਾਪਰੂਗਾ, ਸਿਰਫ ਸਾਡੇ ਹਿੰਦੁਸਤਾਨ 'ਚ ਹੀ ਵਾਪਰਦਾ। ਗਾਹਾਂ ਲੈ ਲਈਏ, ਜੇ ਸਾਡਾ ਪ੍ਰਾਈਮ ਮਿਨਿਸਟਰ ਇਹ ਗੱਲ ਕਹਿੰਦਾ ਕਿ ਪਿਛਲੇ ਯੁੱਗ ਦੇ ਵਿੱਚ, ਅੱਜ ਤੋਂ 1000-2000 ਸਾਲ ਪਹਿਲਾਂ ਸਾਡੇ ਦੇਸ਼ ਦੇ ਵਿੱਚ ਸਰਜਰੀ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੋਈ ਸੀ, ਇੱਕ ਬੱਚੇ ਦੇ ਸਿਰ ਦੇ ਉੱਪਰ ਹਾਥੀ ਦਾ ਸਿਰ ਟ੍ਰਾਂਸਪਲਾਂਟ ਕਰ ਦਿੱਤਾ ਗਿਆ ਸੀ। ਹੁਣ ਦੋਸਤੋ, ਹਾਥੀ ਦਾ ਸਿਰ ਪਹਿਲਾਂ ਕਿੱਡਾ ਹੁੰਦਾ ਅਤੇ ਬੱਚੇ ਦਾ ਸਿਰ ਕਿੱਡਾ ਸੀ, ਕੀ ਇਹ ਪੋਸੀਬਲ ਹੈ? ਫਿਰ ਗਾਹਾਂ ਇਕੱਲਾ ਟ੍ਰਾਂਸਪਲਾਂਟ ਕਰਨਾ ਹੀ ਨਹੀਂ ਹੁੰਦਾ, ਉਹਨੂੰ ਪ੍ਰਜਰਵ ਕਰਨਾ, ਉਸ ਨੂੰ ਇਨਫੈਕਸ਼ਨ ਤੋਂ ਬਚਾਉਣਾ, ਇਹ ਵੱਡਾ ਕਾਰਜ ਹੁੰਦਾ। ਕਿ ਯਾਨੀ ਕਿ ਜਿਹੜੀਆਂ ਨਵੀਨਤਮ ਖੋਜਾਂ ਨੇ, ਇਹਨਾਂ ਨੇ ਜ਼ਖਮਾਂ ਨੂੰ ਠੀਕ ਕਰਨ ਲਈ, ਪੈਨਸਲੀਨ ਦੀ ਖੋਜ ਬਾਅਦ 'ਚ ਹੋਈ ਹੈ, ਐਵੇਂ ਜੇਕਰ ਐਂਟੀਸੈਪਟਿਕ ਕਰਨ ਲਈ, ਫੈਲਣ ਤੋਂ ਰੋਕਣ ਲਈ, ਯਾਨੀ ਕਿ ਸੈਪਟਿਕ ਫੈਲਣ ਤੋਂ ਰੋਕਣ ਲਈ ਐਂਟੀਸੈਪਟਿਕ ਦਵਾਈਆਂ ਅਤੇ ਐਂਟੀਸੈਪਟਿਕ ਜਿਹੜੇ ਲਿਕੁਇਡ ਨੇ, ਉਹਨਾਂ ਦਾ ਇਸਤੇਮਾਲ ਹੁਣ ਇਹਨਾਂ ਸਦੀਆਂ 'ਚ ਆ ਕੇ ਹੋਣਾ ਸ਼ੁਰੂ ਹੋਇਆ। ਇਸ ਕਰਕੇ ਯਾਨੀ ਕਿ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਵੀ ਜਿਹੜੀਆਂ ਖੋਜਾਂ ਨੇ ਅੱਜ ਸਰੀਰ ਨੂੰ ਟ੍ਰਾਂਸਪਲਾਂਟ ਕਰਨ ਦੇ ਯੋਗ ਬਣਾਇਆ, ਉਹ ਖੋਜਾਂ ਕਿਹੜੇ ਕਿਹੜੇ ਪੜਾਵਾਂ ਵਿੱਚੋਂ ਹੋਈਆਂ ਨੇ? ਇਕੱਲਾ ਇਹੀ ਨਹੀਂ, ਇਕੱਲਾ ਯਦੀਯੁਰੱਪਾ ਨੂੰ ਵਹਿਮ ਪਾਤਾ ਕਿਸੇ ਨੇ ਕਿ ਵਿਰੋਧੀ ਅਤੇ ਰੈੜੀ ਤੇਰੀ ਗੱਦੀ ਹਥਿਆਉਣ ਲਈ ਕੁਛ ਕਰ ਰਹੀ ਹੈ। ਉਹ ਜੋਸ਼ੀ ਜੀ ਕੋਲ ਚਲੇ ਗਏ ਅਤੇ ਜੋਸ਼ੀ ਜੀ ਨੂੰ ਕਹਿੰਦੇ ਵੀ ਕੋਈ ਉਪਾਅ ਕਰ, ਉਹ ਕਹਿੰਦੇ ਉਪਾਅ ਇਹਦਾ ਇਹੀ ਹੈ ਵੀ 3 ਦਿਨ ਨੰਗੇ ਹੋ ਕੇ ਸੌਂ ਤੂੰ। ਉਹ 3 ਦਿਨ ਨੰਗੇ ਹੋ ਕੇ ਸੌਂਦਾ ਰਿਹਾ। ਪਿੱਛੇ ਜੇ ਇੱਕ ਅਸੈਂਬਲੀ ਦਾ ਜਿਹੜਾ ਮਹੂਰਤ ਕੀਤਾ ਗਿਆ,
ਉੱਥੇ ਵੀ ਬੀਜੇਪੀ ਦੀ ਸਰਕਾਰ ਦੁਬਾਰਾ ਆ ਜਾਵੇ ਅਤੇ ਅਸੈਂਬਲੀ ਵਿੱਚ ਇੱਕ ਤੰਤਰ ਨੂੰ ਸੱਦ ਕੇ ਉੱਥੇ ਜਾਦੂ ਟੂਣਾ ਕਰਾਇਆ ਗਿਆ, ਹਵਨ ਕਰਾਏ ਗਏ। ਇੱਥੋਂ ਤੱਕ ਕਿ ਨਹੀਂ ਇੱਕ ਮਿਨਿਸਟਰੀ ਦੇ ਵਿੱਚ 5 ਨੰਗੇ ਸਾਧੂਆਂ ਨੂੰ ਮਿਨਿਸਟਰ ਬਣਾ ਦਿੱਤਾ ਗਿਆ। ਕੀ ਦੋਸਤੋ, ਅਜਿਹੇ ਲੋਕ ਸਾਡੇ ਦੇਸ਼ ਦਾ ਕਲਿਆਣ ਕਰ ਸਕਦੇ ਨੇ? ਇੱਕ ਹੋਰ ਬੜੀ ਅਜੀਬ ਗੱਲ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਮਿਨਿਸਟਰ ਹਿੰਦੁਸਤਾਨ 'ਚ ਅਜਿਹਾ ਕਾਂਗਰਸੀ ਮਿਨਿਸਟਰ ਹੈ, ਉਹ ਆਪਦੇ ਜਿਹੜੀ ਸਾਬਣ ਯੂਜ ਕਰਦਾ ਉਹਦਾ ਰੰਗ ਪਸੰਦ ਕਰਦਾ ਪਹਿਲਾਂ, ਵੀ ਕਿਹੜਾ ਰੰਗ ਮੇਰੇ ਲਈ ਲੱਕੀ ਹੈ, ਉਸ ਰੰਗ ਦੀ ਸਾਬਣ ਨਾਲ ਨਹਾਉਂਦਾ ਅਤੇ ਫਿਰ ਗਾਹਾਂ ਉਸੇ ਰੰਗ ਦੇ, ਜਿਹੜੇ ਰੰਗ ਲੱਕੀ ਹੁੰਦਾ ਉਸੇ ਰੰਗ ਦੇ ਕੱਪੜੇ ਪਹਿਨ ਕੇ ਉਹ ਅਸੈਂਬਲੀ 'ਚ ਜਾਂਦਾ। ਹੁਣ ਇੱਕ ਹੋਰ ਬੜੀ ਅਜੀਬ ਗੱਲ ਹੈ, ਦੱਖਣ ਦੇ ਵਿੱਚੋਂ ਹੀ ਆਈ ਹੈ ਇਹ, ਕਿ ਇੱਕ ਮਿਨਿਸਟਰ ਜਿਹੜਾ ਨਿਰਮਾਣ ਮੰਤਰੀ ਹੈ ਇੱਕ ਸਟੇਟ ਦਾ, ਉਹਨੇ ਇਹ ਗੱਲ ਕੀਤੀ ਹੈ ਕਿ ਉਹਨੂੰ ਉਹਦੀ ਲੱਕੀ ਜਿਹੜਾ ਬੰਗਲਾ ਸੀ ਉਹਨੂੰ ਰਹਿਣ ਲਈ ਨਹੀਂ ਮਿਲਿਆ, ਇਸ ਲਈ ਉਹਨੇ 340 ਕਿਲੋਮੀਟਰ 170 ਕਿਲੋਮੀਟਰ ਦੀ ਦੂਰੀ 'ਤੇ ਕੋਈ ਹਜੇ ਰਹਿ ਰਿਹਾ ਅਤੇ ਰੋਜ਼ 170 ਕਿਲੋਮੀਟਰ ਆਉਂਦਾ ਅਤੇ 170 ਕਿਲੋਮੀਟਰ ਜਾਂਦਾ ਅਤੇ ਇਸ ਤਰ੍ਹਾਂ 340 ਕਿਲੋਮੀਟਰ ਤੈਅ ਕਰਦਾ, ਸਿਰਫ ਇਸ ਲਈ ਵੀ ਉਹਨੂੰ ਉਹਦੀ ਕਿਸਮਤ ਵਿੱਚ ਲਿਖਿਆ ਲੱਕੀ, ਯਾਨੀ ਕਿ ਜਿਹੜਾ ਲੱਕੀ ਹੈ ਉਹਦੇ ਲਈ ਉਹ ਬੰਗਲਾ ਰਹਿਣ ਨੂੰ ਮਿਲ ਜੇ। ਸੋ ਦੋਸਤੋ, ਇਸ ਕਿਸਮ ਦੇ ਜੇ ਸਾਡੇ ਮਿਨਿਸਟਰ ਨੇ ਤਾਂ ਇਹਨਾਂ ਦੇ ਹੱਥ ਅਸੀਂ ਹਕੂਮਤ ਨੂੰ ਸੌਂਪਿਆ ਹੋਇਆ, ਇਹ ਨਾਲੇ ਤਾਂ ਕਰਪਸ਼ਨਾਂ ਕਰੀ ਜਾਂਦੇ ਨੇ ਅਤੇ ਨਾਲੇ ਦੇਸ਼ ਨੂੰ ਅਜਿਹਾ ਬਣਾਈ ਜਾਂਦੇ ਨੇ। ਸਾਡੇ ਦੇਸ਼ ਦਾ ਕਲਿਆਣ ਉਨਾ ਚਿਰ ਇੱਥੇ ਨਹੀਂ ਹੋ ਸਕਦਾ ਜਿੰਨਾ ਚਿਰ ਸਾਡੇ ਦੇਸ਼ ਦੇ ਗੰਦੇ ਸਿਆਸੀ ਨੇਤਾ ਨੇ, ਇਹਨਾਂ ਦਾ ਕੋਈ ਬਦਲ ਸਾਡੀ ਜਨਤਾ ਨਹੀਂ ਪੈਦਾ ਕਰਦੀ। ਇਹ ਲੋਕ ਪੈਸੇ ਲੈ ਕੇ, ਇਹ ਲੋਕ ਗਾਹਾਂ ਪੈਸੇ ਉਹਨਾਂ ਨੂੰ ਅਸੈਂਬਲੀਆਂ 'ਚ ਪਾਰਲੀਮੈਂਟਾਂ 'ਚ ਇਹਨਾਂ ਪੈਸਿਆਂ ਦੀ ਦਾਰੂ ਪਿਲਾਉਂਦੇ ਨੇ ਲੋਕਾਂ ਨੂੰ, ਅਤੇ ਸਾਡੇ ਲੋਕ ਮੁੜ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ। ਇਸ ਤਰ੍ਹਾਂ ਇਕੱਲਾ ਦਾਰੂ ਹੀ ਨਹੀਂ ਪਿਲਾਉਂਦੇ ਅਤੇ ਲੋਕਾਂ ਨੂੰ ਵੰਡੀਆਂ ਜਾਂਦੀਆਂ ਨੇ, ਪੈਸੇ ਵੀ ਵੰਡੇ ਜਾਂਦੇ ਨੇ। ਸੋ ਦੋਸਤੋ, ਜਿੰਨਾ ਚਿਰ ਸਾਡੇ ਲੋਕ ਚੇਤਨ ਨਹੀਂ ਹੁੰਦੇ ਉਨਾ ਚਿਰ ਇਹ ਸਾਡੀਆਂ ਦੇਸ਼ ਦੀਆਂ ਇਹ ਹਾਲਤਾਂ ਉਹ ਨਹੀਂ ਬਦਲਣਗੀਆਂ, ਕਿਸੇ ਸੂਰਤ 'ਚ ਨਹੀਂ ਬਦਲਣਗੀਆਂ। ਸੋ ਲੋੜ ਹੈ ਮੇਰੇ ਦੇਸ਼ ਦੇ ਲੋਕਾਂ ਨੂੰ ਜਾਗਣ ਦੀ। ਧੰਨਵਾਦ ਦੋਸਤੋ, ਧੰਨਵਾਦ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ, ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ ਅਤੇ ਜਿਹੜੇ ਮੁਤਬਾਦਲ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ, ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।